ਪਾਟੋਕ ਮੰਡਲ ਦੀ ਘੱਗਾ ਪੁਲਿਸ ਨੇ ਇੱਕ ਨਾਬਾਲਿਗ ਲੜਕੀ ਨੂੰ ਬਰਗਲਾ ਕੇ ਲੈ ਕੇ ਜਾਣ ਦੇ ਮਾਮਲੇ 'ਚ ਇੱਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪੀੜਿਤ ਲੜਕੀ ਦੇ ਪਰਿਜਨਾਂ ਨੇ ਘੱਗਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੇ ਨਾਬਾਲਿਗ ਲੜਕੀ ਨੂੰ ਪਿੰਡ ਦਾ ਹੀ ਇੱਕ ਨੌਜਵਾਨ ਭਜਾ ਕੇ ਲੈ ਗਿਆ, ਜਿਸਦੇ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਲੜਕੀ ਨੂੰ ਕਥਿਤ ਆਰੋਪੀ ਤੋਂ ਪੁਲਿਸ ਨੇ ਬਰਾਮਦ ਕਰ ਲਿਆ। ਇਹਨੇ ਕੰਪਲੇਂਟ ਦਿੱਤੀ ਸਾਡੇ ਐਸ ਐਸ ਪੀ ਸਾਹਿਬ ਘੱਗਾ ਪੁਲਿਸ ਦਾ ਗੁਰਬੀਰ ਸਿੰਘ ਤੋਂ। ਉਸ ਕੰਪਲੇਂਟ ਦੇ ਆਧਾਰ 'ਤੇ ਮੁਕੱਦਮਾ ਦਰਜ ਹੋਇਆ ਉਸਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਪਿੰਡ ਦੀ ਪਿੰਡ ਸੁਧਾਰਨਪੁਰ ਦਾ ਜਿਹੜਾ ਇੱਕ ਲੜਕਾ ਹੈ ਗੁਰਜੰਟ ਸਿੰਘ ਉਰਫ ਬੱਪੀ ਪੁੱਤਰ ਬਲਵਿੰਦਰ ਸਿੰਘ, ਉਸਦੀ 13-14 ਸਾਲ ਦੀ ਲੜਕੀ ਨੂੰ ਜਿਹੜਾ ਵਿਆਹ ਕਰਾਉਣ ਦਾ ਝਾਸਾ ਦੇ ਕੇ ਭਜਾ ਕੇ ਲੈ ਗਿਆ। ਅਤੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਜਿਹੜੀ ਤਫਤੀਸ਼ ਹੈ ਇਹਦੀ ਇੰਸਪੈਕਟਰ ਰਾਜਵਿੰਦਰ ਕੌਰ ਜਿਹੜੇ ਨਿਊਡਲ ਅਫਸਰ ਨੇ ਸਰਕਲ ਬਾਦਲਾਂ ਦੇ ਉਹਨਾਂ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ। ਉਹਨਾਂ ਨੇ ਆਪਣੀ ਤਫਤੀਸ਼ ਦੇ ਦੌਰਾਨ ਜਿਹੜਾ ਲੜਕਾ ਦੋਸ਼ੀ ਹੈ ਜਿਹੜਾ ਇਹਦੇ ਵਿੱਚ ਗੁਰਜੰਟ ਸਿੰਘ ਉਹਨੂੰ ਕਾਬੂ ਕਰਕੇ ਉਹਦੇ ਕਬਜ਼ਾ 'ਚੋਂ ਜਿਹੜੀ ਲੜਕੀ ਹੈ ਪੀੜਤਾ ਲੜਕੀ ਸਿਮਰਜੀਤ ਕੌਰ ਉਹਨੂੰ ਬਰਾਮਦ ਕਰ ਲਿਆ। ਸਮਾਰਤ ਨੂਰੀ ਬਾਂਸਲ ਦੀ ਰਿਪੋਰਟ, ਚੈਨਲ 2।